ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਭਾਰਤੀ ਮੀਡੀਆ ਨੇ ਤਾਂ ਚੁੱਪ ਵੱਟੀ ਹੈ, ਪਰ ਪਾਕਿਸਤਾਨੀ ਮੀਡੀਆ ਨੇ ਇਸ ਨੂੰ ਉਜਾਗਰ ਕਰ ਦਿੱਤਾ ਹੈ। ਇਸ ਲਾਂਘੇ ਬਾਰੇ ਚੱਲ ਰਹੀ ਕਸ਼ਮਕਸ਼ ਵਿੱਚ ਭਾਰਤ ਨੇ ਪਾਕਿਸਤਾਨ ਸਰਕਾਰ ਅੱਗੇ ਇੱਕ ਅਜਿਹੀ ਮੰਗ ਰੱਖੀ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਜੋ ਕਿ ਪਾਕਿਸਤਾਨ ਵਾਲੇ ਪਾਸਿਓਂ ਅੱਧਿਓਂ ਵੱਧ ਪੂਰਾ ਕਰ ਲਿਆ ਗਿਆ, ਪਰ ਭਾਰਤ ਵੱਲੋਂ ਅਜੇ ਤੱਕ ਇਸ ਦੀ ਸ਼ੁਰੂਆਤ ਨਹੀਂ ਕੀਤੀ ਗਈ। ਪਰ ਭਾਰਤ ਨੇ ਲਾਂਘੇ ਸੰਬੰਧੀ ਪਾਕਿਸਤਾਨ ਅੱਗੇ ਇੱਕ ਮੰਗ ਰੱਖੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਪਿਆ ਉਹ ਬੰਬ ਜੋ ਕਿ ਭਾਰਤ ਵੱਲੋਂ 1971 ਦੀ ਜੰਗ ਸਮੇਂ ਗੁਰਦੁਆਰਾ ਕਰਤਾਰਪੁਰ ਸਾਹਿਬ 'ਤੇ ਸੁੱਟਿਆ ਗਿਆ ਸੀ, ਉਸ ਨੂੰ ਗੁਰਦੁਆਰਾ ਸਾਹਿਬ ਤੋਂ ਹਟਾਇਆ ਜਾਵੇ। ਇਸ ਬਾਰੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੇ ਰਿਪੋਰਟ ਬਣਾਈ ਹੈ, ਜਿਸ ਵਿੱਚ ਭਾਰਤ ਦੀ ਪਾਕਿਸਤਾਨ ਅੱਗੇ ਰੱਖੀ ਇਸ ਮੰਗ ਬਾਰੇ ਜ਼ਿਕਰ ਕੀਤਾ ਗਿਆ ਹੈ। 1971 ਕੀ ਜੰਗ ਮੇਂ ਸਿੱਖੋ ਕੇ ਮੁਕੱਦਸ ਤਰੀਨ ਮੁਕਾਮ ਕਰਤਾਰਪੁਰ ਮੇਂ ਗਿਰਾਏ ਜਾਣੇ ਵਾਲੇ ਬੰਬ ਕੋ ਹਟਾਨੇ ਕੀ ਕੋਸ਼ਿਸ਼ ਕੀ ਹੈ। ਬੰਬ ਕਰਤਾਰਪੁਰ ਗੁਰਦੁਆਰੇ ਕੇ ਸਾਥ ਵਾਕਿਆ ਮੁਕੱਦਸ ਕੁਏ ਕੇ ਪਾਸ ਸ਼ੀਸ਼ੇ ਮੇਂ ਮਹਿਫੂਜ਼ ਹੈ। ਇਸਲਾਮਾਬਾਦ ਸੇ ਯਹ ਰਿਪੋਰਟ ਦੇਖੀਏ। ਹਿੰਦੂ ਬਨੀਏ ਕਾ ਮਕਰ ਕਮ ਨਾ ਹੁਆ, ਕਰਤਾਰਪੁਰ ਰਾਹਦਾਰੀ ਖੋਲਨੇ ਕੇ ਮਾਮਲੇ ਪਰ ਭੀ ਅਪਨਾ ਕਾਮ ਨਿਕਾਲਨੇ ਪਰ ਜ਼ੋਰ ਹੈ। ਭਾਰਤ ਨੇ ਮੁਤਾਲਬਾ ਕੀਆ ਹੈ ਕਿ ਪਾਕਿਸਤਾਨ ਕਰਤਾਰਪੁਰ ਗੁਰਦੁਆਰਾ ਸਾਹਿਬ ਕੇ ਪਾਸ ਮੌਜੂਦ ਬੰਬ ਕੋ ਵਹਾਂ ਸੇ ਹਟਾ ਦੇ। ਕਰਤਾਰਪੁਰ ਗੁਰਦੁਆਰਾ ਸਾਹਿਬ ਕੇ ਕਰੀਬ ਨੁਮਾਇਸ਼ ਕੇ ਲਿਏ ਰੱਖਾ ਗਿਆ ਬੰਬ ਦਰਅਸਲ ਏਕ ਤਾਰੀਖ ਰੱਖਤਾ ਹੈ। 1971 ਕੀ ਜੰਗ ਮੇਂ ਭਾਰਤੀ ਫਜ਼ਾਈਆ ਨੇ ਗੁਰਦੁਆਰਾ ਸਾਹਿਬ ਪਰ ਬੰਬ ਗਿਰਾਇਆ। ਸਿੱਖ ਅਕੀਦਾ ਕੇ ਮੁਤਾਬਿਕ ਬੰਬ ਗੁਰੂ ਨਾਨਕ ਜੀ ਕੀ ਕਰਾਮਾਤ ਕੇ ਬਾਇਸ ਫਟ ਨਹੀਂ ਸਕਾ ਔਰ ਇਮਾਰਤ ਵੀ ਮਹਿਫੂਜ਼ ਰਹੀ। ਇੱਕ ਬਰਾਦਰੀ ਕੀ ਦਰਖਵਾਸਤ ਪਰ ਹਕੂਮਤੇ ਪਾਕਿਸਤਾਨ ਬੰਬ ਕੋ ਕਰਤਾਰਪੁਰ ਗੁਰਦੁਆਰੇ ਕੇ ਪਾਸ ਸ਼ੀਸ਼ੇ ਕੇ ਸ਼ੋਕੇਸ ਮੇਂ ਨੁਮਾਇਸ਼ ਕੇ ਲਿਏ ਰੱਖ ਦਿਆ, ਜਹਾਂ ਬਾਬਾ ਗੁਰੂ ਨਾਨਕ ਜੀ ਕਾ ਇਸਤੇਮਾਲ ਸ਼ੁਦਾ ਕੁਆਂ ਵੀ ਵਾਕਿਆ ਹੈ। ਅਬ ਭਾਰਤ ਕਰਤਾਰਪੁਰ ਰਾਹਦਾਰੀ ਖੋਲਨੇ ਕੇ ਲਿਏ ਬੰਬ ਕੋ ਹਟਾਨੇ ਕੇ ਲਿਏ ਹੀਲੇ ਬਹਾਨੇ ਕਰ ਰਹਾ ਹੈ, ਤਾਂ ਕਿ ਭਾਰਤ ਕੇ ਮੂੰਹ ਪਰ ਲਗੀ ਇਹ ਕਾਲਕ ਖਤਮ ਹੋ ਔਰ ਭਾਰਤ ਕਾ ਮਕਰੂ ਚਿਹਰਾ ਦੁਨੀਆ ਕੇ ਸਾਹਮਣੇ ਨਾ ਆ ਸਕੇ। ਦੱਸ ਦਈਏ ਕਿ ਭਾਰਤ ਪਾਕਿਸਤਾਨ ਵਿੱਚ 1971 ਦੀ ਜੰਗ ਸਮੇਂ ਭਾਰਤੀ ਹਵਾਈ ਜਹਾਜ਼ਾਂ ਨੇ ਇੱਕ ਬੰਬ ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਸੁੱਟਿਆ ਸੀ ਜੋ ਕਿ ਉੱਥੇ ਮੌਜੂਦ ਖੂਹ ਵਿੱਚ ਡਿੱਗ ਗਿਆ ਅਤੇ ਫਟ ਨਹੀਂ ਸਕਿਆ। ਇਹ ਖੂਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਹੈ ਅਤੇ ਮਾਨਤਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਬੰਬ ਨਹੀਂ ਫਟਿਆ। ਇਸ ਤੋਂ ਬਾਅਦ ਇਸ ਬੰਬ ਨੂੰ ਪਾਕਿਸਤਾਨੀ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਕੋਲ ਸ਼ੀਸ਼ੇ ਵਿੱਚ ਜੜਾ ਕੇ ਰੱਖਿਆ ਹੋਇਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਇਸ ਬੰਬ ਨੂੰ ਵੀ ਦੇਖਦੀਆਂ ਹਨ। ਭਾਰਤ ਵੱਲੋਂ ਇਸ ਲਾਂਘੇ ਨੂੰ ਕੀਤੇ ਜਾ ਰਹੇ ਟਾਲ ਮਟੋਲ ਪਿੱਛੇ ਇੱਕ ਕਾਰਨ ਇਹ ਬੰਬ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਲਾਂਘਾ ਖੁੱਲ੍ਹਦਾ ਹੈ ਤਾਂ ਇਹ ਬੰਬ ਭਾਰਤ ਦੀ ਵੀ ਪੋਲ ਖੋਲ੍ਹਦਾ ਹੈ ਅਤੇ ਹੁਣ ਇਸੇ ਕਰਕੇ ਭਾਰਤ ਵੱਲੋਂ ਪਾਕਿਸਤਾਨ ਸਰਕਾਰ ਅੱਗੇ ਇਸ ਬੰਬ ਨੂੰ ਇੱਥੋਂ ਹਟਾਉਣ ਦੀ ਮੰਗ ਰੱਖੀ ਗਈ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਇਹ ਬੰਬ ਹਟਾਉਣਾ ਚਾਹੀਦਾ ਹੈ ਜਾਂ ਨਹੀਂ? ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਲਿਖਿਓ।